ਬੀਤੇ ਕੱਲ੍ਹ ਬਠਿੰਡਾ ਦੇ ਇੱਕ ਪੰਚ ਵੱਲੋਂ ਪੁਲਿਸ ਨੂੰ ਸ਼ਰਮਸਾਰ ਕਰਨ ਲਈ ਨਸ਼ਾ ਵੇਚਣ ਦੀ ਇਜਾਜ਼ਤ ਮੰਗੀ ਗਈ। ਪਿੰਡ ਬੀੜ ਤਲਾਬ ਦੇ ਇਸ ਪੰਚ ਵੱਲੋਂ ਇਹ ਬਾਕਾਇਦਾ ਅਰਜ਼ੀ ਦੇ ਕੇ ਇਸ ਇਜਾਜ਼ਤ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਕੁਝ ਸ਼ਰਮ ਆਈ ਅਤੇ ਪੁਲਿਸ ਨੇ ਪਿੰਡ ਬੀੜ ਤਲਾਬ ਦੇ ਵਿੱਚ ਰੇਡ ਕੀਤੀ। ਇਸ ਰੇਡ ਦਰਮਿਆਨ ਕਰੀਬ ਇੱਕ ਦਰਜਨ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪਰ ਦੱਸ ਦਈਏ ਕਿ ਇਸ ਪੂਰੀ ਰੇਡ ਦੇ ਦਰਮਿਆਨ ਇੱਕ ਵੀ ਚਿੱਟਾ ਤਸਕਰ ਪੁਲਿਸ ਦੇ ਹੱਥੇ ਨਹੀਂ ਚੜ੍ਹਿਆ। ਬੀਤੇ ਕੱਲ੍ਹ ਦੀਆਂ ਇਹ ਤਸਵੀਰਾਂ ਤੁਹਾਨੂੰ ਯਾਦ ਹੋਣਗੀਆਂ, ਜਦੋਂ ਚਿੱਟੇ ਖਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪਿੰਡ ਬੀੜ ਤਲਾਬ ਦਾ ਇਹ ਪੰਚ ਅਜੀਤ ਸਿੰਘ ਆਖਿਰ ਪੁਲਿਸ ਤੋਂ ਚਿੱਟਾ ਵੇਚਣ ਦੀ ਮੰਗ ਕਰਨ ਲਈ ਪੁਲਿਸ ਦੇ ਅਧਿਕਾਰੀਆਂ ਕੋਲ ਆ ਖੜ੍ਹਾ ਹੋਇਆ। ਪੁਲਿਸ ਨੂੰ ਸ਼ਰਮਿੰਦਾ ਕਰਕੇ ਜਗਾਉਣ ਵਾਲੀ ਇਸ ਕਾਰਵਾਈ ਦਾ ਅਸਰ ਹੋਇਆ ਕਿ ਪੁਲਿਸ ਨੇ ਅਗਲੀ ਹੀ ਸਵੇਰ ਵੱਡੇ ਤੜਕੇ ਪਿੰਡ ਵਿੱਚ ਭਾਰੀ ਪੁਲਿਸ ਬਲ ਨਾਲ ਰੇਡ ਕਰ ਦਿੱਤੀ। ਇਸ ਰੇਡ ਦੌਰਾਨ ਹਾਲਾਂਕਿ ਨਾ ਕੋਈ ਚਿੱਟੇ ਦਾ ਤਸਕਰ ਫੜਿਆ ਗਿਆ ਅਤੇ ਨਾ ਹੀ ਚਿੱਟੇ ਦੀ ਭੋਰਾ ਵੀ ਬਰਾਮਦਗੀ ਹੋਈ, ਜਦੋਂ ਕਿ ਇੱਥੇ ਚਿੱਟਾ ਖੂਬ ਵਿਕਣ ਦੇ ਦੋਸ਼ ਲੱਗ ਰਹੇ ਨੇ। ਪਰ ਪੁਲਿਸ ਦੀ ਇਸ ਕਾਰਵਾਈ ਵਿੱਚ 12 ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹਨਾਂ ਕੋਲੋਂ ਹੋਈ ਕੁੱਲ ਬਰਾਮਦਗੀ ਦੀ ਗੱਲ ਕਰੀਏ ਤਾਂ ਇਸ ਵਿੱਚ ਮਹਿਜ਼ 100 ਨਸ਼ੀਲੀਆਂ ਗੋਲੀਆਂ, 125 ਲੀਟਰ ਲਾਹਣ ਅਤੇ ਹੋਰ ਸ਼ਰਾਬ ਵਗੈਰਾ ਬਰਾਮਦ ਹੋਈ ਹੈ। ਫਿਲਹਾਲ ਬਠਿੰਡਾ ਪੁਲਿਸ ਇਸ ਨੂੰ ਹੀ ਪ੍ਰਾਪਤੀ ਮੰਨ ਰਹੀ ਹੈ ਅਤੇ ਇਹੀ ਨਹੀਂ, ਕਾਰਵਾਈ ਦੇ ਨਾਮ 'ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਨੇ ਪਿੰਡ ਬੀੜ ਤਲਾਬ ਦੇ ਜੈਲ ਅਫਸਰ ASI ਬਲਵਿੰਦਰ ਸਿੰਘ ਨੂੰ ਸਸਪੈਂਡ ਵੀ ਕੀਤਾ ਹੈ, ਜੋ ਪਿੰਡ ਵਿੱਚ ਨਸ਼ੇ ਦੀ ਰੋਕਥਾਮ ਨਹੀਂ ਕਰ ਸਕਿਆ। ਇਹ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਸੀਗੀ ਕਿ ਕਿਹੜੇ ਬੰਦੇ ਉੱਥੇ ਇਨਵੋਲਵ ਨੇ ਡਰੱਗ ਟ੍ਰੇਡ 'ਚ, ਉਹ ਇਨਫੋਰਮੇਸ਼ਨ ਦੇ ਬੇਸਿਸ 'ਤੇ ਸਾਡਾ ਅੱਜ ਦਾ ਸੀਗਾ ਪ੍ਰੋਗਰਾਮ ਉੱਥੇ ਰੇਡ ਕਰਨ ਦਾ ਅਤੇ ਉਹ ਮੋਰਨਿੰਗ 'ਚ ਰੇਡ ਕੀਤੀ ਗਈ ਹੈ। ਉਹਨਾਂ 'ਚੋਂ 12 ਬੰਦੇ ਅਸੀਂ ਉੱਥੋਂ ਰਾਊਂਡ ਅਪ ਕੀਤੇ, 6 ਕੋਲੋਂ ਰਿਕਵਰੀ ਹੋਈ ਹੈ, ਉਹਨਾਂ 'ਤੇ FIR ਦਰਜ ਕੀਤੀ ਜਾ ਰਹੀ ਹੈ ਅਤੇ ਬਾਕੀ 6 ਜਿਹੜੇ ਨੇ ਉਹਨਾਂ ਤੋਂ ਰਿਕਵਰੀ ਨਹੀਂ ਹੋਈ। ਬਟ ਸਾਡੀ ਜਿਹੜੀ ਸਾਊਂਡ ਇਨਫੋਰਮੇਸ਼ਨ ਸੀ ਜਿਹਦੇ ਬੇਸਿਸ 'ਤੇ ਅਸੀਂ ਉਹਨਾਂ ਨੂੰ ਰਾਊਂਡ ਅਪ ਕਰਕੇ 110 ਦੇ ਕਲੰਦਰੇ ਦੇ ਰਹੇ ਹਾਂ, ਸੋ ਦੈਟ ਇੱਕ ਡੈਟਰੈਂਟ ਰਹੇ ਉਹਨਾਂ ਲਈ ਕਿ ਅੱਗੋਂ ਤੋਂ ਵੀ ਇਹ ਕੰਮ ਨਾ ਕਰਨ। ਨਹੀਂ, ਦੇਰੀ ਨਹੀਂ ਰਹੀ ਕਿਉਂਕਿ 2 ਮਹੀਨੇ ਪਹਿਲਾਂ ਵੀ ਇਹ ਰੇਡ ਕੀਤੀ ਗਈ ਸੀ, ਚੈੱਕ ਕੀਤੇ ਗਏ ਸੀ ਅਤੇ ਸਾਡੇ ਕੋਲ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿਹੜੇ ਬੰਦੇ ਵੇਚਦੇ, ਸੋ ਇਨਫੋਰਮੇਸ਼ਨ ਨੂੰ ਕ੍ਰਿਸਟਲਾਈਜ਼ ਕਰਨ ਲੱਗਿਆ, ਇਨਫੋਰਮੇਸ਼ਨ ਨੂੰ ਵੈਰੀਫਾਈ ਕਰਨ ਲੱਗਿਆ, ਤਾਂ ਕਿ ਇਹ ਵੀ ਨਾ ਹੋਵੇ ਕਿ ਕੋਈ ਗਲਤ ਬੰਦਾ ਫੜਿਆ ਜਾਵੇ ਅਤੇ ਇਹ ਵੀ ਨਾ ਹੋਵੇ ਕਿ ਜਿਹੜਾ ਬੰਦਾ ਵੇਚਦਾ ਉਹ ਛੁੱਟ ਜਾਵੇ। ਉਹ ਦੋਨੋਂ ਐਸਪੈਕਟ ਸਾਨੂੰ ਕਵਰ ਕਰਨ ਵਾਸਤੇ ਅਸੀਂ ਅੱਜ ਦਾ ਦਿਨ ਆਲਰੇਡੀ ਫਿਕਸ ਕੀਤਾ ਹੋਇਆ ਸੀ ਅਤੇ ਉਹਦੇ 'ਚ ਰੇਡ ਕਰਨ 'ਚ ਸਾਨੂੰ ਰਿਕਵਰੀਜ਼ ਮਿਲੇਗੀ। ਜਿਹੜਾ ਇਹਦੇ 'ਚ ਜ਼ੈਲ ਅਫਸਰ ਸੀ ਜਿਹਦੀ ਰਿਸਪੋਂਸੀਬਿਲਟੀ ਬਣਦੀ ਸੀ ਆਪਣੇ ਏਰੀਏ 'ਚੋਂ ਨਸ਼ਾ ਖਤਮ ਕਰਨ ਦੀ, ਉਹਨੂੰ ਸਸਪੈਂਡ ਕੀਤਾ ਗਿਆ ਫੋਰ ਦਿਸ ਰੀਜ਼ਨ ਇਟਸੈਲਫ ਕਿ ਉਹਨੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕੀਤੀ। ਐਂਡ SHO ਦੇ ਖਿਲਾਫ਼ ਵੀ ਐਕਸ਼ਨ ਲਿਆ ਜਾ ਰਿਹਾ ਕਿ ਉਹਨੇ ਵੀ ਆਪਣੇ ਏਰੀਏ 'ਚ ਜਿਹੜਾ ਕੰਮ ਕਰਨਾ ਬਣਦਾ ਸੀ ਉਹਦੇ ਵੱਲੋਂ ਨਹੀਂ ਕੀਤਾ ਗਿਆ। ਅਤੇ ਇਨਫੈਕਟ ਬਾਕੀ ਵੀ ਦੇਖਾਂਗੇ ਜੇ ਹਾਇਰ ਆਫਿਸਰਸ ਦਾ ਵੀ ਕੁਛ ਆਉਂਦਾ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕੀਤੀ, ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ। ਇਹਦੇ 'ਚ ਜਿਹੜੇ ਬੰਦਿਆਂ 'ਤੇ ਪਰਚੇ ਦਰਜ ਨੇ ਅਤੇ ਜਿਹੜੇ ਬੰਦੇ ਅੱਜ ਫੜੇ ਗਏ ਨੇ ਉਹਨਾਂ ਦੀ ਪ੍ਰੋਪਰਟੀਜ਼ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜੇ ਸੋਰਸਿਸ ਆਫ ਇਨਕਮ ਤੋਂ ਜ਼ਿਆਦਾ ਕਿਸੇ ਦੀ ਪ੍ਰੋਪਰਟੀ ਹੈ ਅਤੇ ਉਹਨਾਂ ਦੀ ਪ੍ਰੋਪਰਟੀ ਵੀ ਅਟੈਚ ਕੀਤੀ ਜਾਏਗੀ, ਪਲੱਸ ਇਹਨਾਂ ਦੇ ਕੇਸਿਸ ਭੇਜੇ ਜਾਣਗੇ ਤਾਂ ਕਿ ਇਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾ ਸਕੇ। ਜੇ ਇਹੋ ਜਿਹਾ ਕੋਈ ਬੰਦਾ ਆਉਂਦਾ ਜਿਹਦੀ ਪ੍ਰੀਵੈਂਟਿਵ ਡਿਟੈਂਸ਼ਨ ਦੀ ਲੋੜ ਹੈ ਤਾਂ ਉਹਦੀ ਵੀ ਪ੍ਰਪੋਜ਼ਲ ਭੇਜਾਂਗੇ। ਭਾਰੀ ਪੁਲਿਸ ਬਲ ਦੇ ਨਾਲ ਬੀੜ ਤਲਾਬ ਦੀ ਰੇਡ ਤਾਂ ਕੀਤੀ ਗਈ ਅਤੇ ਤਲਾਸ਼ੀ ਵੀ ਹੋਈ, ਪਰ ਦੱਸ ਦਈਏ ਕਿ ਇਸ ਪੂਰੀ ਰੇਡ ਦੇ ਦੌਰਾਨ ਇੱਕ ਵੀ ਚਿੱਟੇ ਦਾ ਕੇਸ ਸਾਹਮਣੇ ਨਹੀਂ ਆਇਆ। ਸਵਾਲ ਉੱਠਦਾ ਹੈ ਕਿ ਰਾਤੋਂ ਰਾਤ ਪਿੰਡ ਵਿੱਚ ਚਿੱਟੇ ਦੀ ਤਸਕਰੀ ਖਤਮ ਹੋ ਗਈ? ਇਸ ਦਾ ਜਵਾਬ ਸ਼ਾਇਦ ਸਮਾਂ ਦੇਵੇਗਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।